ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਜੀ ਦਾ ਸਵਾਗਤ ਹੈ। ਹਾਜ਼ਰ ਹੋਏ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ। ਦੋਸਤੋ, ਪੰਜਾਬ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਵੱਡੀ ਸਹੂਲਤ ਦਿੱਤੀ ਹੈ। ਦੋਸਤੋ, ਇਸ ਸੰਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਦੇ ਵਿੱਚ ਕੀ ਕਿਹਾ ਗਿਆ ਹੈ, ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ। ਦੋਸਤੋ, ਅਸੀਂ ਇਸ ਚੈਨਲ ਦੇ ਰਾਹੀਂ ਮੁਲਾਜ਼ਮ ਸਾਥੀਆਂ ਦੀ ਸੰਬੰਧੀ ਹਰ ਇੱਕ ਵੱਡੀ ਤੋਂ ਵੱਡੀ, ਨਿੱਕੀ ਤੋਂ ਨਿੱਕੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਦੋਸਤੋ, ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜੀ। ਸੋ ਆਓ ਪਿਆਰੇ ਦੋਸਤੋ, ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਜਿਸ ਦੇ ਵਿੱਚ ਜੋ ਪੰਜਾਬ ਦੇ ਮੁਲਾਜ਼ਮ ਹਨ, ਪੈਨਸ਼ਨਰਸ ਹਨ, ਉਹਨਾਂ ਦੇ ਫ੍ਰੀ ਰੇਡੀਓ ਅਤੇ ਲੈਬ ਡਾਇਗਨੋਸਟਿਕ ਸਰਵਿਸਿਜ਼ ਜੋ ਹਨ, ਉਹਨਾਂ ਨੂੰ ਮੁਫਤ ਦਿੱਤੇ ਜਾਣਗੇ। ਅਤੇ ਦੋਸਤੋ, ਮੁਲਾਜ਼ਮਾਂ ਦੇ ਜੋ ਟੈਸਟ ਹਨ, ਉਹ ਫ੍ਰੀ ਵਿੱਚ ਕੀਤੇ ਜਾਣਗੇ। ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜੋ ਮੁਲਾਜ਼ਮ ਸਾਥੀ ਹਨ, ਉਹ MRI, CT scan ਅਤੇ ਹੋਰ ਅਜਿਹੇ ਟੈਸਟ ਹਨ ਜਿਨ੍ਹਾਂ ਦੇ ਉੱਪਰ ਉਹ ਕਾਫੀ ਰੁਪਏ ਖਰਚ ਕਰਕੇ ਆਪਣਾ ਇਲਾਜ ਕਰਵਾਉਂਦੇ ਸਨ। ਪਰ ਦੋਸਤੋ, ਹੁਣ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ ਦਿੱਤੀ ਜਾ ਰਹੀ ਹੈ ਕਿ ਜੋ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਹਨ, ਉਹਨਾਂ ਦਾ ਜੋ ਇਹੋ ਜਿਹੇ ਟੈਸਟ ਹਨ, ਉਹ ਮੁਫਤ ਵਿੱਚ ਕੀਤੇ ਜਾਣ। ਇਸ ਦੇ ਨਾਲ ਨਾਲ ਦੋਸਤੋ, ਜੋ ਮੁਲਾਜ਼ਮਾਂ ਦੇ ਡਿਪੈਂਡੈਂਟ ਫੈਮਿਲੀ ਮੈਂਬਰ ਹਨ, ਉਹਨਾਂ ਨੂੰ ਵੀ ਇਹ ਸਹੂਲਤ ਦੇਣ ਬਾਰੇ ਕਿਹਾ ਜਾ ਰਿਹਾ ਹੈ। ਸੋ ਦੋਸਤੋ, ਇਸ ਸੰਬੰਧੀ ਇਹ ਵਾਲਾ ਨੋਟੀਫਿਕੇਸ਼ਨ ਜੋ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਸੋ ਦੋਸਤੋ, ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।